ਅੰਮ੍ਰਿਤਸਰ ਪੁਲਿਸ ਥਾਣਾ ਬੇਰਕਾ ਦੇ ਇਲਾਕਾ ਬੇਰਕਾ ਬਾਈਪਾਸ ਦੇ ਵਿਚ ਬੀਤੀ ਰਾਤ ਮੋਟਰਸਾਈਕਲ ਸਵਾਰ ਦੋ ਲੁਟੇਰਿਆਂ ਨੇ ਕਾਰ ਸਵਾਰ ਦੋ ਨੌਜਵਾਨਾਂ ਨੂੰ ਪਿਸਤੌਲ ਦੀ ਨੋਕ ਦੇ ਉੱਤੇ 3.5 ਲੱਖ ਦੇ ਕਰੀਬ ਨਕਦੀ ਖੋਹ ਲਈ। ਉੱਥੇ ਸਬੰਧ ਦੇ ਵਿਚ ਜਦੋਂ ਥਾਣਾ ਮੁਖੀ ਸੁਰਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਇਤਲਾਹ ਮਿਲੀ ਸੀ ਕਿ ਬੇਰਕਾ ਬਾਈਪਾਸ ਦੇ ਨਜ਼ਦੀਕ ਲੁੱਟਖੋਰ ਦੀ ਵਾਰਦਾਤ ਹੋਈ ਹੈ ਅਤੇ ਉਹ ਪੁਲਿਸ ਪਾਰਟੀ ਸਮੇਤ ਮੌਕੇ ਦੇ ਉੱਤੇ ਪਹੁੰਚੇ ਅਤੇ ਆਪਣੀ ਜਾਂਚ ਸ਼ੁਰੂ ਕਰ ਦਿੱਤੀ ਹੈ। ਬਾਥਰੂਮ ਕਰ ਰਹੇ ਸਾਡੇ ਪਿੱਛੇ ਦੋ ਮੁੰਡੇ ਆਏ ਨੇ ਪਲਸਰ ਮੋਟਰਸਾਈਕਲ ਦੇ ਉੱਤੇ। ਇੱਕ ਮੁੰਡੇ ਨੇ ਟੋਪੀ ਪਾਈ ਸੀ, ਇੱਕ ਮੁੰਡਾ ਮੋਨਾ ਸੀਗਾ। ਉਹਨਾਂ ਨੇ ਸਾਨੂੰ ਦੋਵਾਂ ਨੇ ਰਿਵੋਲਵਰ ਕੱਢ ਕੇ ਸਾਡੇ ਮੱਥੇ 'ਤੇ ਰੱਖੇ, ਸਾਡੇ ਨਾਲ ਖਿੱਚਧੂ ਕੀਤੀ, ਸਾਨੂੰ ਗੱਡੀ 'ਚ ਪਾਇਆ, ਸਾਡੇ ਕੋਲ ਸਾਰਾ ਕੈਸ਼ ਵੀ ਲੈ ਗਏ। ਕਿੰਨਾ ਕੈਸ਼ ਭਾਅ ਜੀ? ਕੋਈ ਕਰੀਬ 3.5 ਲੱਖ। ਕਿਸ ਤਰ੍ਹਾਂ ਦੇ ਬੰਦੇ ਸੀ ਭਾਅ ਜੀ? ਮੁੰਡੇ ਉੱਚੇ ਲੰਮੇ ਸੀਗੇ, ਜਵਾਨ ਸੀਗੇ, ਮੂੰਹ ਬੰਨੇ ਹੋਏ ਸੀਗੇ ਉਹਨਾਂ ਨੇ, ਸਿਰਫ ਉਹਨਾਂ ਦੀਆਂ ਅੱਖਾਂ ਨਜ਼ਰ ਆ ਰਹੀਆਂ ਸੀ, ਹੋਰ ਉਹਨਾਂ ਨੇ ਬਾਕੀ ਸਾਰਾ ਪਰਨਾ ਬੰਨਿਆ। ਕਿਵੇਂ ਹੱਥੋਂ ਦਿੱਤਾ ਤੁਹਾਨੂੰ? ਹਾਂਜੀ ਕੀ ਮਤਲਬ? ਹਥਿਆਰ? ਹਥਿਆਰ ਉਹਨਾਂ ਕੋਲ ਦੋ ਰਿਵੋਲਵਰ ਸੀਗੇ ਜੀ, ਦੋ ਰਿਵੋਲਵਰ ਉਹਨਾਂ ਨੇ ਸਾਹਿਬ ਮੇਰੇ ਇੱਥੇ ਵੱਟ ਵੀ ਮਾਰਿਆ, ਉਹਨਾਂ ਨੇ ਅੰਦਰ ਗੱਡੀ 'ਚ ਬਹਿ ਗਏ। ਸਾਰਾ ਕੈਸ਼ ਪਹੁੰਚ? ਕਿਸ 'ਤੇ ਸੱਚ ਹੈ? ਹਾਂਜੀ ਡਾਊਟ ਹੈ ਸ਼ੱਕ ਭਾਅ ਜੀ? ਫਿਲਹਾਲ ਕਿਸੇ 'ਤੇ ਕੀ ਕਹਿ ਸਕਦੇ ਹਾਂ, ਇੱਦਾਂ ਕਿਸੇ ਦਾ ਕੀ ਹੋਣਾ ਦਿਮਾਗ ਦੇ ਵਿੱਚ ਇਸ ਵੇਲੇ ਤਾਂ ਕੁਛ ਨਹੀਂ, ਸਾਡੇ ਤਾਂ ਸਾਰੇ ਜ਼ੋਰ ਨੇ। ਪੁਲਿਸ ਨੂੰ ਦੱਸਿਆ? ਪੁਲਿਸ ਨੂੰ ਭਾਅ ਜੀ ਹੁਣ ਕਾਰਵਾਈ ਲਿਖਾ ਦਿੱਤੀ ਹੈ, ਐਫ ਆਈ ਆਰ ਲਿਖ ਲਈ ਉਹਨਾਂ ਨੇ, ਬਾਕੀ ਦੇਖੋ ਕੀ ਕਰਦੇ ਨੇ। ਕੀ ਚਾਹੁੰਦੇ ਬਾਈ? ਅਸੀਂ ਤਾਂ ਭਾਅ ਜੀ ਇਨਸਾਫ ਚਾਹੁੰਦੇ ਹਾਂ, ਜੇ ਮਿਲ ਜਾਵੇ। ਇਹਦੇ ਵਿਸ਼ਾਲ ਲੜਕੇ ਨੇ ਇੱਕ ਕੰਪਲੇਂਟ ਦਿੱਤੀ ਸਾਨੂੰ, ਮੇਰੇ ਪਲਾਂਟ ਨੂੰ ਮੌਕਾ ਵੀ ਦਿੱਤਾ, ਇਹਦੇ ਸੰਬੰਧੀ ਜੋ ਵੀ ਉਹਨੇ ਦੱਸਿਆ ਉਹਦੀ ਵੈਰੀਫਾਈ ਕਰਕੇ ਕਾਨੂੰਨੀ ਕਾਰਵਾਈ ਕਰ। ਕੀ ਦੱਸਿਆ ਭਾਅ ਜੀ ਉਹਨਾਂ ਨੇ? ਉਹਨੇ ਦੱਸਿਆ ਵੀ ਜਿੱਦਾਂ ਜਾ ਰਹੇ ਸੀ ਬਟਾਲਾ ਸਾਈਡ ਨੂੰ, ਅੱਗੇ ਜਾਣਾ ਸੀ ਕੰਮ 'ਤੇ, ਅੱਗੇ ਰਸਤੇ 'ਚ ਗੱਡੀ ਰੋਕ ਕੇ ਅਤੇ ਬਾਥਰੂਮ ਕਰਨ ਲੱਗ ਪਏ, ਪਿੱਛੋਂ ਦੋ ਲੜਕੇ ਆਏ, ਉਹਨਾਂ ਨੇ ਕਹਿੰਦੇ ਵੀ ਸਾਡੇ ਨਾਲ ਕੁੱਟਮਾਰ ਕੀਤੀ, ਕੋਈ ਖੋਹ ਪੈਸੇ ਖੋਹ ਕੀਤੇ ਆ, ਇਹਦੇ ਸੰਬੰਧੀ ਤਸਦੀਕ ਕਰ ਲਓ। ਕਿਸ ਚੀਜ਼ 'ਤੇ ਮੋਟਰ? ਉਹਨਾਂ ਮੋਟਰਸਾਈਕਲ 'ਤੇ ਦੱਸਿਆ ਜੀ, ਮੋਟਰਸਾਈਕਲ 'ਤੇ ਆਏ। ਕੋਈ ਗਨ ਪੁਆਇੰਟ ਵੀ ਲੰਬੇ? ਗਨ ਪੁਆਇੰਟ ਤਾਂ ਲੈ ਕੇ ਕਹਿ ਰਹੇ, ਵੈਰੀਫਾਈ ਕਰ ਰਹੇ ਹਾਂ, ਦੱਸ ਰਹੀ ਇਹੋ ਜਿਹੀ ਚੀਜ਼ ਸੀਗੀ, ਕਲੀਅਰ ਨਹੀਂ ਹੈ। ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਹਰਜੀਤ ਸਿੰਘ ਦੀ ਰਿਪੋਰਟ।